ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਸਾਰਿਆਂ ਲਈ ਪੰਜਾਬ ਦੇ ਸਾਰੇ ਹੀ ਸਰਕਾਰੀ ਪੇਪਰਾਂ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਸਪੈਸ਼ਲੀ ਜਿਹੜੇ ਅਪਕਮਿੰਗ ਐਗਜ਼ਾਮ ਆ ਰਹੇ ਆ ਆਪਣੇ ਸਟਾਫ ਨਰਸ ਦਾ ECG ਟੈਕਨੀਸ਼ੀਅਨਸ ਦਾ ਜੋ ਵੀ ਐਗਜ਼ਾਮ ਆ ਰਹੇ ਆ ਬਾਬਾ ਫਰੀਦ ਯੂਨੀਵਰਸਿਟੀ ਦੇ ਉਹਨਾਂ ਲਈ ਸਭ ਤੋ ਜਿਆਦਾ ਇੰਪੋਰਟੈਂਟ ਵੀਡੀਓ ਆ ਇਹਦੇ ਵਿੱਚੋਂ 2-4 ਕੁਐਸਚਨ ਜ਼ਰੂਰ ਆਉਣਗੇ ਕਿਉਂਕਿ ਹਾਲ ਹੀ ਵਿੱਚ ਇਲੈਕਸ਼ਨਸ ਹੋ ਕੇ ਹਟੇ ਆ ਨਿਊ ਕੈਬਨਿਟ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹਦੇ ਨਾਲ ਰਿਲੇਟਡ ਇੱਕ ਦੋ ਕੁਐਸਚਨ ਪੇਪਰ ਵਿੱਚ ਜ਼ਰੂਰ ਆਉਣਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਪੰਜਾਬ ਦਾ ਮੰਤਰੀ ਮੰਡਲ ਕੱਲੇ-ਕੱਲੇ ਮੰਤਰੀ ਦੀ ਡਿਟੇਲ ਨਾਲ ਇਨਫੋਰਮੇਸ਼ਨ ਦਵਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲੋ ਤੇ ਨਾਲ ਦੀ ਨਾਲ ਆਪਣੇ Instagram ਅਤੇ Telegram ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਹਾਂਜੀ ਸਟਾਰਟ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਨੰਬਰ 1 ਤੇ ਪੰਜਾਬ ਦੇ ਮੁੱਖ ਮੰਤਰੀ ਕਿਹੜੇ ਬਣਿਆ ਜੀ ਭਗਵੰਤ ਮਾਨ ਚੀਫ ਮਿਨਿਸਟਰ ਆਫ ਪੰਜਾਬ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਇਹਨਾਂ ਕੋਲੇ ਗ੍ਰਹਿ ਮੰਤਰਾਲਾ ਵੀ ਹੈ ਠੀਕ ਹੈ ਜੀ ਸੋ ਇਹ ਤੁਸੀਂ ਦੋ ਪੁਆਇੰਟ ਜ਼ਰੂਰ ਯਾਦ ਰੱਖਣੇ ਹੋਣਗੇ ਕਿ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਆ ਉਹ ਭਗਵਾਨਤਮਾਨ ਅਤੇ ਉਹਨਾਂ ਕੋਲੇ ਕਿਹੜਾ ਮੰਤਰਾਲਾ ਵਾ ਗ੍ਰਹਿ ਮੰਤਰਾਲਾ ਮੰਤਰਾਲੇ ਹੋਰ ਵੀ ਕਾਫੀ ਨੇ ਆ ਦੇਖੋ ਲਿਖੇ ਹੋਏ ਨੇ ਹੋਮ ਅਫੇਅਰ ਐਂਡ ਜਸਟਿਸ ਠੀਕ ਆ ਜੀ ਹਾਊਸਿੰਗ ਅਰਬਨ ਬਟ ਜਿਹੜੇ ਇੰਪੋਰਟੈਂਟ ਆ ਇਹੀ ਪੁੱਛੇ ਜਾਣਗੇ ਸੋ ਅੱਗੇ ਆਪਾਂ ਗੱਲ ਕਰਦੇ ਆ ਨੰਬਰ 2 ਤੇ ਠੀਕ ਆ ਜੀ ਅ ਨੰਬਰ 2 ਤੇ ਤੁਸੀਂ ਦੇਖ ਸਕਦੇ ਹੋ ਕਿ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਇਹਨਾਂ ਕੋਲੇ ਕਿਹੜੇ-ਕਿਹੜੇ ਡਿਪਾਰਟਮੈਂਟ ਨੇ ਇਹਨਾਂ ਕੋਲ ਜੀ ਫਾਈਨੈਂਸ ਪਲੈਨਿੰਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਐਕਸਾਈਜ਼ ਐਂਡ ਟੈਕਸ ਚੈਸਨ ਕੋਆਪਰੇਸ਼ਨ ਸੋ ਜੇ ਪੰਜਾਬੀ ਵਿੱਚ ਕਹਿ ਲਈਏ ਆਪਾਂ ਨੂੰ ਕੁਐਸਚਨ ਆਊਗਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਜਾਂ ਪੰਜਾਬ ਦੇ ਵਿੱਤ ਮੰਤਰੀ ਕੌਣ ਹਨ ਠੀਕ ਆ ਜੀ ਖਜ਼ਾਨਾ ਮੰਤਰੀ ਜਾਂ ਪੰਜਾਬ ਦੇ ਵਿੱਤ ਮੰਤਰੀ ਠੀਕ ਆ ਜੀ ਤੇ ਇਸ ਦਾ ਆਨਸਰ ਹੋਵੇਗਾ ਹਰਪਾਲ ਸਿੰਘ ਚੀਮਾ ਠੀਕ ਆ ਜੀ ਉਮੀਦ ਆ ਤੁਸੀਂ ਸਾਰੇ ਸਮਝ ਗਏ ਹੋਵੋਗੇ ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਵਿੱਤ ਮੰਤਰੀ ਵਿੱਚੋਂ ਕੋਈ ਵੀ ਕੁਐਸਚਨ ਆਉਂਦਾ ਤਾਂ ਆਨਸਰ ਹੋਵੇਗਾ ਹਰਪਾਲ ਸਿੰਘ ਚੀਮਾ ਠੀਕ ਹੈ ਜੀ ਸੋ ਨੈਕਸਟ ਜੀ ਨੰਬਰ 3 ਤੇ ਡਾਕਟਰ ਬਲਜੀਤ ਕੌਰ ਦਾ ਨਾਮ ਆਉਂਦਾ ਵਾ ਇਹਨਾਂ ਕੋਲੇ ਕਿਹੜੇ ਕਿਹੜੇ ਡਿਪਾਰਟਮੈਂਟ ਆ ਗਏ ਜੀ ਸੋਸ਼ਲ ਜਸਟਿਸ ਅ ਇੰਪਾਵਰ ਐਂਡ ਮਾਈਨੋਰਿਟੀਜ਼ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਸੋ ਡਾਕਟਰ ਬਲਜੀਤ ਕੌਰ ਠੀਕ ਹੈ ਜੀ ਸੋ ਚਾਈਲਡ ਐਂਡ ਵੂਮਨ ਚਾਈਲਡ ਡਿਵੈਲਪਮੈਂਟ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਸੋ ਜੇ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਜੇ ਤੁਹਾਨੂੰ ਆਉਂਦਾ ਕੌਣ ਨੇ ਤਾਂ ਡਾਕਟਰ ਬਲਜੀਤ ਕੌਰ ਸੋ ਨੰਬਰ 4 ਤੇ ਆ ਜੀ ਹਰਪ੍ਰਜਨ ਸਿੰਘ ਠੀਕ ਹੈ ਜੀ ਸੋ ਹਰਪ੍ਰਜਨ ਸਿੰਘ ਪਬਲਿਕ ਵਰਕਸ ਪਾਵਰ ਠੀਕ ਹੈ ਜੀ ਇਹਨਾਂ ਕੋਲੇ ਇਹ ਬਿਜਲੀ ਮੰਤਰੀ ਨੇ ਠੀਕ ਹੈ ਜੀ ਮਤਲਬ ਇਲੈਕਟ੍ਰਿਸਿਟੀ ਦਾ ਡਿਪਾਰਟਮੈਂਟ ਹਰਪਾਜਨ ਸਿੰਘ ਨੂੰ ਦਿੱਤਾ ਗਿਆ ਆ ਸੋ ਮੋਸਟ ਇੰਪੋਰਟੈਂਟ ਕੁਐਸਚਨ ਆ ਜੀ ਸਟਾਫ ਨਰਸ ਵਾਲੇ ਬੱਚਿਆਂ ਲਈ ਨੰਬਰ 5 ਵਿਜੇ ਸਿੰਘਲਾ ਡਾਕਟਰ ਵਿਜੇ ਸਿੰਘਲਾ ਇਹਨਾਂ ਕੋਲੇ ਕਿਹੜਾ ਡਿਪਾਰਟਮੈਂਟ ਆ ਜੀ ਹੈਲਥ ਐਂਡ ਫੈਮਿਲੀ ਵੈਲਫੇਅਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇਹ ਕੁਐਸਚਨ ਜੀ ਮੋਸਟ ਇੰਪੋਰਟੈਂਟ ਬਣ ਸਕਦਾ ਵਾ ਠੀਕ ਹੈ ਜੀ ਆਪਣੇ ਐਗਜ਼ਾਮਸ ਦੇ ਵਿਹਾਰ ਤੋਂ ਸੋ ਡਾਕਟਰ ਵਿਜੇ ਸਿੰਘਲਾ ਨੇ ਜਿਹੜੇ ਇਹ ਹੈਲਥ ਐਂਡ ਫੈਮਿਲੀ ਵੈਲਫੇਅਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਜਾਨੀ ਕਿ ਹੈਲਥ ਮਨਿਸਟਰ ਨੇ ਪੰਜਾਬ ਦੇ ਠੀਕ ਹੈ ਜੀ ਨਵੇਂ ਹੈਲਥ ਮਨਿਸਟਰ ਨੇ ਠੀਕ ਹੈ ਜੀ ਤੇ ਨੰਬਰ 6 ਤੇ ਸ਼੍ਰੀ ਲਾਲ ਚੰਦ ਸੋ ਲਾਲ ਚੰਦ ਇਹਨਾਂ ਕੋਲੇ ਕਿਹੜਾ ਮਹਿਕਮਾ ਬਾਬ ਜੀ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਕੋ ਫੂਡ ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰਜ਼ ਫੋਰੈਸ ਵਾਈਲਡ ਲਾਈਫ ਠੀਕ ਹੈ ਜੀ ਸੋ ਫੂਡ ਸਪਲ ਸਿਵਲ ਸਪਲਾਈ ਦਾ ਮੰਤਰਾਲਾ ਇਹਨਾਂ ਨੂੰ ਦਿੱਤਾ ਗਿਆ ਜੰਗਲੀ ਵਿਭਾਗ ਇਹਨਾਂ ਨੂੰ ਦਿੱਤਾ ਗਿਆ ਜੰਗਲੀ ਵਿਭਾਗ ਤੇ ਜੰਗਲੀ ਜੀ محکمہ ਠੀਕ ਹੈ ਜੀ ਤੇ ਇਸ ਤੋਂ ਅੱਗੇ ਆਉਂਦੇ ਆ ਜੀ ਆਪਾਂ ਚੈੱਕ ਕਰ ਲੈਨੇ ਆ ਗੁਰਮੀਤ ਸਿੰਘ ਮੀਟ ਹੇਅਰ ਠੀਕ ਹੈ ਜੀ ਸੱਤ ਨੰਬਰ ਇਹ ਵੀ ਮੋਸਟ ਇੰਪੋਰਟੈਂਟ ਆ ਇਹਨਾਂ ਦੇ ਵੀ ਕੁਐਸਚਨ ਬਣ ਸਕਦਾ ਸਕੂਲ ਐਜੂਕੇਸ਼ਨ ਸਪੋਰਟਸ ਐਂਡ ਯੂਥ ਸਰਵਿਸ ਹਾਈਰ ਐਜੂਕੇਸ਼ਨ ਸੋ ਸਿੱਖਿਆ ਮੰਤਰੀ ਇਹ ਕਹਿਣਾ ਹੋਵੇ ਤਾਂ ਸਿੱਖਿਆ ਮੰਤਰੀ ਆਪਾਂ ਨੂੰ ਕੁਐਸਚਨ ਆਊਗਾ ਕਿ ਸਿੱਖਿਆ ਮੰਤਰੀ ਕੌਣ ਹਨ ਤਾਂ ਸਿੱਖਿਆ ਮੰਤਰੀ ਨੇ ਜੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਇਹ ਤੁਸੀਂ ਯਾਦ ਰੱਖਣਾ ਹੋਵੇਗਾ ਸੋ ਇਸ ਦੇ ਨਾਲ ਹੀ ਆਪਾਂ ਵਧਦੇ ਹਾਂ ਅੱਗੇ 8 ਨੰਬਰ ਇਹ ਹੈਗਾ ਜੀ ਸ਼੍ਰੀ ਕੁਲਦੀਪ ਸਿੰਘ ਢਾਲੀਵਾਲ ਸੋ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਹੜੇ ਮਹਿਕਮੇ ਮਿਲੇ ਆ ਜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਠੀਕ ਹੈ ਜੀ ਐਨੀਮਲ ਹਸਬੈਂਡਰੀ ਐਨ ਆਰ ਆਈ ਫੇਅਰਸ ਸੋ ਰੂਲਰ ਡਵੈਲਪਮੈਂਟ ਠੀਕ ਹੈ ਠੀਕ ਹੈ ਜੀ ਕੁਲਦੀਪ ਸਿੰਘ ਢਾਲੀਵਾਲ ਪਿੰਡੂ ਵਿਕਾਸ ਮੰਤਰੀ ਠੀਕ ਹੈ ਜੀ ਆਪਾਂ ਕਹਿ ਸਕਦੇ ਆ ਪਿੰਡੂ ਵਿਕਾਸ ਮੰਤਰੀ ਕੌਣ ਨੇ ਕੁਲਦੀਪ ਸਿੰਘ ਢਾਲੀਵਾਲ ਸੋ ਨੈਕਸਟ ਆਪਾਂ ਗੱਲ ਕਰਦੇ ਆ ਜੀ 9 ਨੰਬਰ ਤੇ ਆ ਲਾਲਜੀਤ ਸਿੰਘ ਪੁੱਲਰ ਟਰਾਂਸਪੋਰਟ ਮੰਤਰੀ ਜਿਹੜੇ ਕਿ ਰਾਜਾ ਵੜਿੰਗ ਦੀ ਥਾਂ ਤੇ ਬਣੇ ਨੇ ਪਹਿਲਾਂ ਰਾਜਾ ਵੜਿੰਗ ਸੀ ਹੁਣ ਬਣ ਗਏ ਲਾਲਜੀਤ ਸਿੰਘ ਪੁੱਲਰ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਨੈਕਸਟ ਆ ਜੀ ਨੰਬਰ 10 ਤੇ ਬ੍ਰਹਮ ਸ਼ੰਕਰਾ ਇਹਨਾਂ ਨੂੰ ਕਿਹੜੇ ਕਿਹੜੇ ਡਿਪਾਰਟਮੈਂਟ ਦਿੱਤੇ ਗਿਆ ਰੈਵਨਿਊ ਰਿਹਬਿਲੀਟੇਸ਼ਨਸ ਐਂਡ ਡਿਜ਼ਾਸਟਰ ਮੈਨੇਜਮੈਂਟ ਠੀਕ ਆ ਜੀ ਵਾਟਰ ਰਿਸੋਰਸਸ ਵਾਟਰ ਸਪਲਾਈ ਐਂਡ ਸੈਨੀਟਾਈਜੇਸ਼ਨ ਠੀਕ ਆ ਜੀ ਵਾਟਰ ਸਪਲਾਈ ਜਾਨੀ ਕਿ ਪਾਣੀ ਨਾਲ ਸੰਬੰਧਿਤ ਜਿਹੜਾ ਮਹਿਕਮਾ ਵਾ ਜਲ ਸਪਲਾਈ ਸਿਵਲ ਵਿਭਾਗ ਉਹ ਇਹਨਾਂ ਨੂੰ ਦਿੱਤਾ ਗਿਆ ਬ੍ਰਹਮ ਸ਼ੰਕਰਾਂ ਨੂੰ ਸੋ ਨੰਬਰ 11 ਤੇ ਆ ਜੀ ਲਾਸਟ ਸ੍ਰੀ ਹਰਜੋਤ ਸਿੰਘ ਬੈਂਸ ਠੀਕ ਆ ਜੀ ਇਹਨਾਂ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਲੀਗਲ ਐਂਡ ਲੈਜਿਸਲੇਟਿਵ ਅਫੇਅਰਸ ਮਾਈਨਸ ਐਂਡ ਜੀਓਲੋਜੀ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਐਂਡ ਜੇਲ ਜੇਲ ਡਿਪਾਰਟਮੈਂਟ ਹੈ ਇਹਨਾਂ ਕੋਲੇ ਤੇ ਦੂਸਰਾ ਬਾਜੀ ਕਾਨੂੰਨ ਅਤੇ ਸੈਰਸਪਟਾ ਮੰਤਰਾਲਾ ਠੀਕ ਆ ਜੀ ਸੋ ਇਹ ਹੋ ਗਿਆ ਆਪਣਾ ਸਾਰਾ ਜਿਹੜੀ ਨਵੀਂ ਕੈਬਨਿਟ ਬਣੀ ਆ ਸੋ ਇਹ ਮੈਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਇਸ ਕਰਕੇ ਇਹ ਮੈਂ ਦਿਖਾਈ ਆ ਤੁਹਾਨੂੰ ਕਿਉਂਕਿ ਐਗਜ਼ਾਮ ਦੇ ਵਿੱਚ ਜਿਹੜੇ ਬੱਚੇ ਪੰਜਾਬੀ ਵਾਲੇ ਉਹ ਵੀ ਸਮਝ ਜਾਣਗੇ ਤੇ ਜਿਹੜੇ ਇੰਗਲਿਸ਼ ਕਈ ਵਾਰੀ ਇੰਗਲਿਸ਼ ਦੇ ਵਿੱਚ ਜਦੋਂ ਕੁਐਸਚਨ ਆਉਂਦਾ ਨਾ ਪੰਜਾਬੀ ਚ ਹੋਰ ਹੀ ਕੁਝ ਲਿਖਿਆ ਪੰਜਾਬੀ ਆਪਾਂ ਨੂੰ ਪਤਾ ਹੀ ਲੱਗਦਾ ਇਸ ਕਰਕੇ ਮੈਂ ਦੋਨੋਂ ਲੈਂਗੁਏਜਾਂ ਦੇ ਵਿੱਚ ਆ ਤੁਹਾਨੂੰ ਪੀਡੀਐਫ ਇਹ ਦਿਖਾਈ ਹੈ ਇਹਨਾਂ ਤੁਸੀਂ ਧਿਆਨ ਨਾਲ ਰੀਡ ਕਰਕੇ ਨੋਟ ਕਰ ਲੈਣੇ ਹੋਣਗੇ ਇਹ 11 ਜਿਹੜੇ ਕੁਐਸਚਨ ਨੇ ਇਹਨਾਂ ਵਿੱਚੋਂ ਇੱਕ ਦੋ ਕੁਐਸਚਨ ਜ਼ਰੂਰ ਬਣਨਗੇ ਐਗਜ਼ਾਮ ਦੇ ਵਿੱਚ ਠੀਕ ਆ ਜੀ ਸੋ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪੂਰੀ ਤਿਆਰੀ ਨਾਲ ਰੀਡ ਕਰਕੇ ਆਪਣੀ ਨੋਟਬੁੱਕ ਤੇ ਨੋਟ ਕਰ ਲਿਓ ਬਾਕੀ ਆਪਾਂ ਇਹਨਾਂ ਤੇ ਹੁਣ ਪ੍ਰੋਪਰ ਵੀਡੀਓਜ਼ ਬਣਾਉਂਦੇ ਰਹਾਂਗੇ ਠੀਕ ਆ ਜੀ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਮਾਂ ਵੀ ਜਿਹੜੇ ਬੱਚੇ ਸਟਾਫ ਨਰਸ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਚਾਹੁੰਦੇ ਆ ਉਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਮੈਨੂੰ ਇੰਸਟਾ ਤੇ ਮੈਸੇਜ ਕਰੋ ਵੀ ਤਾਂ ਜੋ ਆਪਾਂ ਤਿਆਰੀ ਜਿਹੜੇ ਅੱਗੇ ਐਗਜ਼ਾਮ ਆ ਰਹੇ ਆ ਉਹਨਾਂ ਦੀ ਤਿਆਰੀ ਸਟਾਰਟ ਕਰਵਾ ਸਕੀਏ ਠੀਕ ਹੈ ਜੀ ਸੋ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਜੁੜੇ ਰਹੋ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ